हेलो व्यूअर, अस्सलाम वालेकुम। जहाँ भी होंगे, खुश होंगे, आबाद होंगे, हंसते और मुस्कुराते होंगे, जिन्होंने मेरे अदील वाली व्लॉग को सब्सक्राइब नहीं किया वो सब्सक्राइब, लाइक, शेयर, कमेंट जरूर कर दिया करें। गर्मी सी तो इतों कुछ हवा चल रही है, ठंडी ठंडी कूल कूल फील हो रहा है। पिंड तो अंज सी अक लागी है, जमें इतने वाहवा ठंडी हवा तो चस आ रही है फुल। ठीक है, लग रही है गर्मी वाव लग रही। डीला वारी लाल ओ मजा ना फरा चोरी मजा के खाई के जाने मोड़ जा। ओ मैं आ भाप के आया हूं, गर्मी थोड़ी है। भाप के आया हां ला भाई, भाप के आया चंगा। ओथे मैं ओए छनी देख रहा होता हूं कर रहा हूं। सूरज मुगिया वड़दा वण तए दी बकरियां चेक करना। हां तए बेचनी एक कोई बकरा बेचने क्यों फोटो फोटो ला लिए बार कोई डेट ला ला क्यों कोई सुई भी नहीं केड़ी ओली ये पिड़ना शुरू हो गई है। उड़ा नहीं उड़ा उड़ा क्यों लाड़ रही है ना चावे खलोती है जो धुप काफ़ी ज़्यादा लगी सह वेखो चढ़िया तू ही गल सुन ले ये नहीं गल सुन दिया मेरी है मेरी जबान नहीं समझदी मेरी जबान नहीं समझदी फोटो आंदी पई है चे ये नहीं आओ हूँ फटे तो लम्बे पे हैं यार माद की तो थले ला आए मैं ढेड पीर करता मुक्के मार पांच इंदा सफा कि वो कुछ जब चंगा सहन हो गया मुझे कि नहीं लगनी चाक लुवा के छे ना ਦੇਖਦੀ ਕਿਉਂ ਨਹੀਂ ਇਹ ਵੀ ਉਹ ਤੂੰ ਚਾਰ ਲੈਣੀ ਜਦੋਂ ਮੂਲੀ ਲਾਣੀ ਤੂੰ ਆਜ ਫਿਰ ਚੜੀ ਹੈ ਤੂੰ ਚਾਰ ਜਾਣੀ ਹੋ ਤੈਨੂੰ ਆਪ ਹੀ ਨਹੀਂ ਉਹ ਕਿੱਥੇ ਦੋ ਮੱਝਾਂ ਨੇ ਦੋ ਭਰੋਸੇ ਦੇ ਜਾਈ ਦੀ ਉਹ ਵੀ ਅੱਧੀ ਖਾਣੀ ਹੈ ਅੱਧੀ ਕੋਈ ਨਾ ਕਿਉਂ ਜਵਾਰ ਤੇ ਖਾ ਜਾਂਦੀਆਂ ਨੇ ਦੋ ਪਵਾਣਾ ਪੱਠਾ ਦਾ ਦੋ ਨਹੀਂ ਵੀ ਇਹ ਖਲਾਰੀ ਰੱਖ ਆ ਚਰਾਈ ਰੱਖਣੇ ਹਨ ਹਾਂ ਚਰਾਇਆ ਨਾ ਕਰ ਵਾ ਪੱਠਾ ਦਾ ਉਹ ਤੇ ਧੁੱਪ ਬੜੀ ਪੈਂਦੀ ਹੈ ਉਹ ਤੇ ਕੋਈ ਡਰਸਟ ਨਾ ਹੋ ਜਾ ਲੋਕ ਲੋਕ ਲੱਗੇ ਨੇ ਗੱਲਾਂ ਕਰਨ ਇੱਕ ਦੂਜੇ ਨਾਲ ਤੇ ਮੈਨੂੰ ਕਿਹਾ ਹੈ तो मझा मोड़ के अपनी रील भाज भाज इधर आती है चलो उधर चल ले चल उधर चलो इधर बहुत स्वाद आता है चल 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 तू इतें चढ़ो दो मसला पिया कि हूँ वट महीना लगे ने फिर बड़ा अज लोग आए वट महीना नास्ते तो हूँ मिनन पैली डेरे तो लग के इतों तक मिनन गए इतों सीधी फिर वाट डेरे जी जाती है वो सीधी करे इसलिए वापस जा रहा गर्मी बहुत है जाके की फायदा है उत्थे फिर तो मिलना ने तो इन्होंने आना कि टप्पे मारे इतने इतने मैं इसलिए वापस जा रहा उन्होंने पता ही कोई नहीं अपने ध्यान गलों जा रहे ने लगे नवा सैकल न्यू सैकल 10,000 का आया जी खिलाड़िया है और सैकल की लुक चेक करो कट्टे नाल साड़ा लिबड़ गया जी 10,000 का आया है मोटरसाइकिल नाल सही है ना तेल ना पानी पीता जो मर्जी किक मारो पैडल मारो तो जाओ वर्गश दी वर्गश तो ना तेल ना पानी दी जिथे मर्जी पैडल मार के अपड़ जाओ दो तीन मिनट लगते हैं कई लैग चल
ਕਈ ਲੈ ਕੇ ਚੱਲ ਉੱਥੇ ਤੈਨੂੰ ਬੁਲਾਉਂਦੇ ਪਏ ਨੇ ਕਹਿੰਦੇ ਪੜ੍ਹਿਆ ਲਿਖਿਆ ਮੁੰਡਾ ਆਵੇ ਕੰਮ ਕਾਰਡ ਵਾਲਾ ਚੱਲ ਕੀ ਲੈ ਸਹੀ ਗੱਲ ਬੁਲਾਉਂਦੇ ਪਏ ਨੇ ਕੀ ਤੂੰ ਅੰਨ ਪਾੜ ਪਾੜ ਕੀ ਹੋਈ ਹੈ ਤੈਨੂੰ ਪੀੜ ਬੁਲਾਉਂਦੇ ਪਏ ਨੇ ਕਹਿੰਦਾ ਦੋ ਦਾ ਪਾੜਾ ਸੁਣਾ ਆਣ ਕੇ ਮੈਨੂੰ ਤਾਂ ਨੀ ਆਉਂਦਾ ਧੁੱਪੇ ਮੈਨੂੰ ਨੀ ਆਉਂਦਾ ਮੈਨੂੰ ਛਾਵੇਂ ਆਉਂਦਾ ਯਾਰਾਂ ਦਾ ਆਉਂਦੇ ਪਏ ਨੇ ਕੋਈ ਵੀ ਨੀ ਆਉਂਦਾ ਸਹੀ ਗੱਲ ਉਹ ਕਈ ਲੈ ਕੇ ਚੱਲ ਪਹਿਲੋਂ ਮੂੰਹ ਸ਼ੂ ਬੜਾ ਧੋਤਾ ਸੀ ਜਾ ਰਿਹਾ ਸੀ ਮੈਂ ਤਾਂ ਪਾਣੀ ਪੀਣ ਆਇਆ ਮੈਂ ਕਿਹਾ ਤੈਨੂੰ ਕਿਹਨੇ ਕਿਹਾ ਮੈਂ ਤੇ ਉਹਨਾਂ ਦੇ ਚੋਰੀ ਨੱਸ ਗਿਆ ਉਹ ਆਪਣੇ ਧਿਆਨੇ ਅੱਗੇ ਅੱਗੇ ਲੈ ਕੇ ਸ਼ੂਟਰ ਵਾਂਗ ਗਰਮੀ ਬੜੀ ਪਤਾ ਨੀ ਇਹਨਾਂ ਕਿੱਥੋਂ ਕਿੱਥੇ ਜਾਣਾ ਗਰਮੀ ਬੜੀ ਮੈਂ ਕੀ ਕਰਾਂ ਨਹੀਂ ਮੈਂ ਨੀ ਅੱਜ ਨਹਾਉਣਾ ਜਮੀਲ ਗਿਆ ਸ਼ਕੀਲ ਭਾਈ ਨੂੰ ਲੈਣ ਹੁਣ ਪਿੰਡੋ ਉਹਦਾ ਫੋਨ ਆਇਆ ਸੀ ਕਾਲ ਆਈ ਸੀ ਉਸਕੀ ਮਿਸ ਕਾਲ ਮੁੰਜੀ ਆਈ ਸੀ ਅਤੇ ਉਹਦਾ ਜਮੀਲ ਆਉਂਦਾ ਮੈਂ ਲੈਣ ਜਾਣਾ ਜਾਜੂ ਜਾ ਕੇ ਉਹਨੇ ਗਿਆ ਜੇ ਲੈਣ ਟੂਲੀ ਚੱਲਦੀ ਪਈ ਹੈ ਨਾ ਉਹਦਾ ਫੋਨ ਆਇਆ ਸੀ ਕਿ ਮੈਨੂੰ ਆਣ ਕੇ ਲੈ ਜਾਓ ਮੈਂ ਨਹਾਉਣਾ ਹੈ ਟੂਲੀ 'ਤੇ ਅਤੇ ਉਹਨੂੰ ਲੈਣ ਗਿਆ ਛਾਪੜੇ 'ਚ ਇੱਕ ਨਵੀਂ ਨਿਊ ਬ੍ਰਾਂਡ ਚੀਜ਼ ਲੈ ਕੇ ਆਏ ਹਨ ਆਪਾਂ ਦਿਖਾਤੇ ਹਾਂ ਠੀਕ ਹੈ ਪਲੀਜ਼ ਸਬਸਕ੍ਰਾਈਬ ਕਰ ਲਏ ਅਦੀਲ ਵਲੀ ਵਲੋਗ ਕੋ ਵਾਨ ਮੰਜੀ ਦਾ ਵਾਨ ਪੰਜਾਬੀ 'ਚ ਇਹਨੂੰ ਆਉਂਦੇ ਨੇ ਉਰਦੂ 'ਚ ਪਤਾ ਨਹੀਂ ਕੀ ਆਉਂਦੇ ਨੇ ਮੈਨੂੰ ਵੀ ਨਹੀਂ ਪਤਾ ਬਜ਼ੁਰਗ ਲੋਕ ਲੱਗੇ ਨੇ ਆਪਣੀਆਂ ਗੱਲਾਂ ਕੱਢਣ ਉੱਥੇ ਇਹ ਤਾਂ ਲੈ ਕੇ ਆਇਆ ਇੱਕ ਵੱਟ ਸਿੱਧੀ ਪਾਣੀ ਕਿੱਲੇ ਠੋਕ ਕੇ ਨਾਲ ਰੱਸੀਆਂ ਬੰਨ੍ਹ ਕੇ ਅਤੇ ਵੱਟ ਪਾ ਦੇਣੀ ਜੇ ਨਾਲ ਨਾਲ ਇਸ ਕਰਕੇ ਇਹ ਨਾਲ ਲੈ ਕੇ ਆਏ ਹਾਂ ਆ ਗਿਆ ਮੁੰਡਾ ਲੈ ਕੇ ਧਿਆਨ ਨਾਲ ਚਲਾ ਲੋਕ ਰੱਸੀ ਮੰਗ ਰਹੇ ਨੇ ਹੁਣ ਜਾਂਦੇ ਹਾਂ ਉੱਥੇ ਅਤੇ ਬੰਦਾ ਪੰਜ ਮਿੰਟ ਲਾ ਲੈਂਦਾ ਅਤੇ ਕੁਲਫੀ ਜੰਮ ਜਾਣੀ ਸੀ ਇਹਦੀ ਤਾਂ ਜੰਮ ਗਈ ਸੀ ਇੱਕ ਵਾਰੀ ਮੈਂ ਥੋੜ੍ਹਾ ਧੁੱਪ 'ਤੇ ਕਿੱਦਾਂ ਪਿਘਲ ਗਿਆ ਸਹੀ ਨਜ਼ਰ ਨਹੀਂ ਆ ਰਿਹਾ ਕਾਲਾ ਹੋ ਗਿਆ ਅੱਗੇ ਨਾਲ ਹੈ ਨਾ ਹੁਣ ਨਜ਼ਰ ਆਇਆ ਕੈਮਰੇ 'ਚ ਥੋੜ੍ਹਾ ਫਿਰ ਦੁਬਾਰਾ ਪੀਤਾ ਮਾੜਾ ਲੱਗਦਾ ਸਮਝ ਨਹੀਂ ਆਉਂਦੀ ਪਈ ਕੀ ਕਰਦੇ ਫਿਰ ਪੀਤਾ ਦੇ ਰਿਹਾ ਵਿੱਚੋਂ ਪੱਟ ਲਿਆ ਪੀਤਾ ਤੋੜ ਦਿੱਤਾ ਹਾਰੇ ਗੁੱਸੇ 'ਚ ਅੰਬ ਲੱਗੇ ਨਹੀਂ ਵਾਕਈ ਪੱਕੇ ਆ ਇੱਧਰ ਵਾਲੀ ਸਾਈਡ 'ਤੇ ਜਾ ਲਾ ਲਾ ਉਹ ਮੈਨੂੰ ਨਜ਼ਰ ਆਈ ਇੱਕ ਪਨੀਰੀ ਪੱਟਣ ਵਾਲੀ ਦੀਲ ਹੋ ਗਈ ਪੱਟ ਫਿਰ ਚਲਾ ਇਹ ਹੱਥੀ ਹੈ ਘੁਣੀ ਪੱਟ ਲਈ ਕਿੱਡੇ ਖੂਬਸੂਰਤ ਰਿਹਾ ਨਾ ਹਾਂ ਓਏ ਤੇਰੇ ਨੱਕ ਦੜਾ ਓਏ ਹਾਂ ਓਏ ਲੋਕ ਅੜੇ ਵੀ ਲੱਗੇ ਹੁਣ ਚੱਲਦੇ ਹਾਂ ਵੱਟਾ ਛਾਂਗਣ ਅਸੀਂ ਤੇ ਉਹ ਵਰਤ ਲਾ ਦਿੱਤਾ ਉਹ ਛਾਂਗੇਗਾ ਹੌਲੀ ਹੌਲੀ ਇਹਨੇ ਛਾਂਗ ਹੀ ਲੈਣੀ ਕਿਉਂਕਿ ਢਿੱਲਾ ਬੜਾ ਬੰਦਾ ਹਾਂ ਮੈਂ ਛਾਂਗਾਂਗਾ ਇਸ ਤੋਂ ਬਾਅਦ ਮੈਂ ਜਮੀਨ ਨਾਲ ਫਿਰ ਕੰਮ ਕਰਾਵਾਂਗਾ ਫਿਰ ਚਲੇ ਜਾਵਾਂਗੇ ਫਿਰ ਸੁਬਹ ਆਵਾਂਗੇ ਖੇਤ 'ਚ ਕੰਮ ਕਰਨ ਦੋ ਦਿਨਾਂ 'ਚ ਕੰਮ ਖਤਮ ਕਰਨਾ ਆਰਾਮ ਆਰਾਮ ਨਾਲ ਹਾਂ ਵੇਖੋ ਕੰਮ ਇਹ ਬੱਚੇ ਲੱਗੇ ਇੱਕ ਆਹ ਲੱਗਾ ਇੱਕ ਉਧਰ ਲੱਗਾ ਏ ਉਹ ਵੇਖੋ ਅੱਜ ਕੱਲ੍ਹ ਬੜਾ ਕੰਮ ਕਰ ਰਹੇ ਨੇ ਦੋਵੇਂ ਜਾਣੇ ਖਤਮ ਕਰਕੇ ਆ ਗਏ ਹਾਂ ਅਤੇ ਪਸੀਨਾ ਕਾਫੀ ਜ਼ਿਆਦਾ ਆਇਆ ਅਤੇ ਹੁਣ ਚੱਲਦੇ ਹਾਂ ਵਾਪਸ ਘਰ ਵਾਹ ਹੁਣ ਠੰਡੀ ਵਗਣ ਲੱਗ ਪਈ ਕੁਛ ਅੱਗੇ ਵੀ ਵਗ ਰਹੀ ਸੀ ਪਰ ਇੰਨੀ ਨਹੀਂ ਜਿੰਨੀ ਹੁਣ ਚੱਲ ਰਹੀ ਹੈ ਠੰਡੀ ਵਾਹ ਆ ਗਿਆ ਘਰ ਵਾਪਸ ਹੁਣ ਤੁਹਾਨੂੰ ਬੱਦਲਾਂ ਦਾ ਸੀਨ ਵਹਾਨੇ ਆ ਖੂਬਸੂਰਤ ਸੀਨ ਬਣਿਆ ਖੂਬਸੂਰਤ ਬੱਦਲਾਂ ਦਾ ਸੀਨ ਬਣਿਆ ਬੱਦਲਾਂ ਦਾ ਸੀਨ ਬਣਿਆ ਆਹ ਚੁੱਕ ਡੰਡਾ ਖੇਡਦੇ ਪਏ ਨੇ ਮੇਰਾ ਅੱਜ ਦਾ ਵਲੋਗ ਉਮੀਦ ਕਰਨਾ ਤੁਹਾਨੂੰ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਔਰ ਦਿਲ ਵੀ ਲਈ ਵਲੋਗ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵਲੋਗ 'ਚ ਨੈਕਸਟ ਵਲੋਗ 'ਚ ਤਦ ਤੱਕ ਲਈ ਅੱਲਾ ਹਾਫਿਜ਼